ਕਿਸਾਨ ਯੂਨੀਅਨ ਜ਼ਿੰਦਾਬਾਦ, ਕਿਸਾਨ ਯੂਨੀਅਨ ਜ਼ਿੰਦਾਬਾਦ, ਨਹਿਰੀ ਮਹਿਕਮਾ ਜ਼ਿੰਦਾਬਾਦ, ਨਹਿਰੀ ਮਹਿਕਮਾ ਜ਼ਿੰਦਾਬਾਦ, ਕੁੱਤੀ ਚੋਰਾਂ ਨਾਲ ਕੁੱਤੀ ਚੋਰਾਂ ਨਾਲ। ਡੀਸੀ ਸਾਹਿਬ ਕੇ ਭੇਜਾਂਗਾ। ਕੀ ਨਾਂ ਹੈ ਜੀ? ਦਵਿੰਦਰ ਕੁਮਾਰ, ਸਾਬਕਾ ਸਰਪੰਚ ਖਿਓ ਵਾਲੀ ਡਾਰ ਦੀ। ਅੱਜ ਨਹਿਰ ਤੇ ਬੈਠੇ ਹੋ, ਕੀ ਕਾਰਨ ਹੈ ਜੀ? ਕਾਰਨ ਹੈ ਜੀ, ਅਸੀਂ ਟੈਲਾਂ ਤੋਂ ਹੈਗੇ ਹਾਂ ਸਾਰੇ ਪੀੜਿਤ ਕਿਸਾਨ। ਕੱਲ ਹੀ ਅਸੀਂ ਨਹਿਰ ਖੱਟ ਕੇ ਲੈ ਕੇ ਗਏ ਹਾਂ, ਥੋੜ੍ਹਾ ਪਾਣੀ ਅੱਗੇ ਵਧਿਆ ਅਤੇ ਪਿੱਛੇ ਕਿਸਾਨ ਹੈ 6000 ਲੈਫਟ ਮੋਗਾ, ਉੱਥੇ ਕੱਲ੍ਹ ਸ਼ਾਮ ਨੂੰ ਕਰੀਬ ਸੱਤ ਕੁ ਵਜੇ ਨਹਿਰ ਉੱਤੋਂ 58 ਅਤੇ ਬਰਾਬਰੋਂ ਬੈੱਡ ਤੋੜ ਕੇ ਅਤੇ ਪਾਣੀ ਕਿਨਮ ਤੋੜ ਲਿਆ, ਅੱਗੇ ਟੈਲਾਂ 'ਤੇ ਪਾਣੀ ਨਹੀਂ ਜਾ ਰਿਹਾ ਜੀ, ਤਾਂ ਅਸੀਂ ਦੁਖੀ ਹੋ ਕੇ ਅੱਜ ਬੈਠੇ ਹਾਂ। ਮਹਿਕਮਾ ਹੈ ਉਹ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ। ਅਸੀਂ ਸਵੇਰ ਦੇ 7 ਵਜੇ ਦੇ ਭੁੱਖੇ ਧਿਆਏ ਬੈਠੇ ਹਾਂ, ਮਹਿਕਮਾ ਹੁਣ ਆਇਆ 3 ਵਜੇ, ਪਰ ਉਹ ਕੋਈ ਕਾਰਵਾਈ ਉਹ ਨਹੀਂ ਕਰਨਾ ਚਾਹੁੰਦੇ। ਕਿਹੜੇ ਕਿਹੜੇ ਅਫਸਰ ਆਏ? ਅਫਸਰ ਪਹਿਲਾਂ ਤਾਂ ਆਇਆ ਜੀ ਕੋਈ JE ਆਏ ਆ ਜੀ, ਜਗਦੀਸ਼ ਕੁਮਾਰ ਜੀ, ਅਤੇ ਉਹਨਾਂ ਨਾਲ 2 ਹੋਰ ਮੁਲਾਜ਼ਮ ਹੈ, ਅਤੇ ਹੁਣ ਕੋਈ ਅੱਧਾ ਘੰਟਾ ਆਇਆ SDO ਹੈਗੇ ਹੈ ਸੁਨੀਲ ਕੰਬੋਜ, ਉਹ ਆਏ ਹੈ ਜੀ। ਉਹਨਾਂ ਨੂੰ ਅਸੀਂ ਵਾਰ ਵਾਰ ਰਿਕੁਐਸਟ ਕਰਦੇ ਰਹੇ, ਅੱਜ ਤੋਂ ਪਹਿਲਾਂ ਵੀ ਅਸੀਂ 2-3 ਵਾਰੀ ਉਹਨਾਂ ਨੂੰ ਦੱਸ ਚੁੱਕੇ ਵੀ ਐਂ ਕਰਕੇ ਇਹ ਮੋਗਾ ਟੁੱਟਿਆ, ਇਹਨੂੰ ਤੁਸੀਂ ਸਹੀ ਕਰਾ ਦਿਓ, ਅਤੇ ਜਿਹੜਾ ਵੀ ਉਹਨੂੰ ਉਹਦੇ ਨਾਲ ਸਰਕਾਰੀ ਸੰਪੱਤੀ ਨੂੰ ਨੁਕਸਾਨ ਪਹੁੰਚਾ ਰਿਹਾ ਉਹਦੇ ਖਿਲਾਫ਼ ਬਣਦੀ ਕਾਰਵਾਈ ਕਰੋ। ਪਰ ਉਹ ਬਿਲਕੁਲ ਸਾਨੂੰ ਸਪਸ਼ਟ ਜਵਾਬ ਦਿੱਤਾ, ਉਹ ਕਹਿੰਦੇ ਅਸੀਂ ਕੋਈ ਕਾਰਵਾਈ ਨਹੀਂ ਕਰਨੀ। ਹਾਂਜੀ, ਕੀ ਨਾਂ ਜੀ? ਅਮਨਦੀਪ ਸਿੰਘ, ਪਿੰਡ ਜੰਡ ਵਾਲਾ ਮੀਰਾ ਸੰਗਲਾ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਕੈਸ਼ੀਅਰ। ਇਹ ਜੀ ਸਾਡੇ ਮੋਗਾ ਆ, ਇੱਥੇ ਕਬੂਲ ਸ਼ਾਹ ਤੋਂ ਅੱਗੇ ਢਾਬਾਂ ਦਾ ਰਕਬਾ ਪੈਂਦਾ ਆ, ਉਹਦੀਆਂ ਦੋਨੋਂ ਕੰਧਾਂ ਤੋੜੀਆਂ ਪਈਆਂ ਆ, ਟੈਲਾਂ 'ਤੇ ਪਾਣੀ ਨਹੀਂ ਪਹੁੰਚਦਾ। ਮੌਕੇ 'ਤੇ SDO JE ਨੂੰ ਸੱਦਿਆ ਆ, ਸੱਦ ਕੇ ਵਿਖਾਇਆ ਆ, ਦੋਨੋਂ ਕੰਧਾਂ ਤੋੜੀਆਂ ਪਈਆਂ, ਕੱਸੀ ਵਾਲੇ ਪਾਸੇ ਦੀ ਸਾਈਡ ਵਾਲੇ ਵੀ ਗੱਟੇ ਲਾ ਕੇ ਪਾਣੀ ਫੁੱਲ ਵਗੀ ਜਾਂਦਾ ਉਹਦੇ ਵਿੱਚ, ਅਤੇ ਅਜੇ ਵੀ ਕੋਈ ਕਾਰਵਾਈ ਨਹੀਂ ਕਰਦੇ। ਨਹੀਂ ਜੀ, ਸਕਿਉਰਿਟੀ ਗਾਰਡ ਕੋਈ ਨਹੀਂ, ਕੋਈ ਇੱਥੇ ਬੇਲਦਾਰ ਨਹੀਂ ਆਉਂਦਾ, ਬੇਲਦਾਰ ਆਉਣ ਅਤੇ ਇਹਨਾਂ ਨੂੰ ਪਤਾ ਨਾ ਲੱਗੇ ਵੀ ਮੋਗਾ ਟੁੱਟਿਆ ਆ। ਉਸ ਬਿਆਨ ਬਾਰੇ ਕੀ ਕਹਿਣਾ ਚਾਹੋਗੇ ਪਾਓ ਮੁੱਖ ਮੰਤਰੀ? ਉਹ ਤਾਂ ਜੀ ਬਿਆਨ ਤਾਂ ਗੱਲਾਂ ਦੇ ਵਿੱਚ ਹੀ ਹੈ ਜੀ, ਗੱਲਾਂ ਕਰਕੇ ਉਹਨਾਂ ਕਹਿ ਤਾ ਇੱਥੇ ਤਾਂ ਕੁਛ ਵੀ ਨਹੀਂ, ਕੋਈ ਵੀ ਨਹੀਂ ਆਇਆ ਇੱਥੇ, ਤਾਂ ਸਵੇਰੇ 6 ਵਜੇ ਦੇ ਬੈਠੇ ਹਾਂ, ਇੱਥੇ 3 ਵਜੇ ਆਏ ਅਫਸਰ,
100 ਬੰਦਾ ਇੱਥੇ ਬੈਠਾ ਆ ਸਵੇਰੇ 6 ਵਜੇ ਦਾ, 3 ਵਜੇ ਅਫਸਰ ਆਏ ਆ, 3 ਵਜੇ ਆ ਕੇ ਉਹ ਆਉਂਦੇ ਜੀ ਮੋਗਾ ਚੜਦਾ ਆ, ਟੁੱਟਿਆ ਹੀ ਨਹੀਂ ਹੈ, ਉਹ ਅਜੇ ਤੱਕ ਵੀ ਕਹੀ ਜਾਂਦੇ ਆ ਉਹ ਕਹਿੰਦੇ ਚੜਦਾ ਹੈ ਟੁੱਟਿਆ ਨਹੀਂ, ਟੁੱਟਿਆ ਨਹੀਂ ਵੀ ਤੋੜੀ ਨਹੀਂ, ਦੀਵਾਰ ਨੂੰ ਕੰਧਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ, ਉਹ ਕਹਿੰਦੇ ਚੜ ਰਿਹਾ ਹੈ ਥੋੜਾ ਥੋੜਾ ਜਿਹਾ, ਇਹ ਸਾਰੀ ਮਿਲੀ ਭੁਗਤ ਇਹਨਾਂ ਅਫਸਰਾਂ ਦੀ। ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ? ਮੰਗ ਕਰਦੇ ਜੀ ਹੁਣ ਤੇ ਕਾਰਵਾਈ ਕੀਤੀ ਜਾਵੇ ਜਿੰਨੇ ਕੰਮ ਕੀਤਾ, ਅੱਗੇ ਐਕਸ਼ਨ ਕੀ ਹੋਊਗਾ ਤੁਹਾਡਾ? ਐਕਸ਼ਨ ਜੇ ਨਾ ਕੁਛ ਕੀਤਾ ਤਾਂ ਕੱਲ੍ਹ ਅਸੀਂ ਸੜਕ ਰੋਕਾਂਗੇ, ਮੇਨ ਖਿਓ ਵਾਲੀ ਢਾਬ ਉੱਥੇ ਅੱਡੇ ਦੇ ਉੱਤੇ ਕੱਲ੍ਹ ਨੂੰ ਉੱਥੇ ਆਪਦਾ ਅਸੀਂ ਪ੍ਰਧਾਨਾਂ ਨੂੰ ਨਾਲ ਸੱਦ ਕੇ ਉਹਨਾਂ ਨਾਲ ਗੱਲ ਹੋ ਗਈ ਆ, ਸੱਦ ਕੇ ਉੱਥੇ ਰੋਕਾਂਗੇ ਜੇ ਕੋਈ ਕਾਰਵਾਈ ਨਹੀਂ ਕਰਦੇ ਤਾਂ। ਤੁਹਾਡੇ ਤੇ ਵਿਸ਼ਵਾਸ ਨੀ ਇਹਨਾਂ ਬੰਦਿਆਂ ਨੂੰ, ਤੁਹਾਡੇ ਤੇ ਬੰਦਿਆਂ ਨੂੰ ਵਿਸ਼ਵਾਸ ਨੀ, ਇਹ ਤਾਂ ਹੁੰਦੇ ਆ ਤਾਂ ਤੁਸੀਂ ਤੁਹਾਨੂੰ ਪੁੱਛਿਆ, ਤੁਸੀਂ ਇਹ ਕਹਿਣਾ ਸੀ ਵੀ ਇਹ ਤੋੜਿਆ ਆ, 1 ਫੁੱਟ ਪਾਣੀ ਚੱਲਦਾ ਆ ਇੱਥੋਂ, 1 ਫੁੱਟ ਕਰਦਾ ਕਿ ਜਾਂਦਾ ਕੋਈ ਕਰਦਾ ਕਿ ਜਾਂਦਾ, 1.5 ਘੰਟੇ ਦੇ ਆ ਕੇ ਇਹ ਰਿਜ਼ਲਟ ਕੱਢ ਕੇ ਦੇਖਿਆ ਚੱਲਦੇ ਦੱਸਿਆ ਗਿਆ ਪਿੱਛੋਂ ਉਹ ਬੰਦਿਆਂ ਨੂੰ ਪੁੱਛਿਆ ਉਹ ਕਿ ਨਾਲ ਦਾਦਾ ਪਾਣੀ ਕੱਢੀ ਜਾਂਦਾ ਯਾ ਬੰਦਿਆਂ ਨੂੰ ਤੁਹਾਡਾ ਬੰਦਾ ਦਾ ਚੜਦਾ ਹੈ। ਅਰੇ ਭਾਬੀ ਜੀ ਪਾਲ ਵੀਡੀਓ ਬਣਾਈ ਨਹੀਂ ਯਾਰ, ਅਜੇ ਤਾਂ ਉੱਧਰ ਗੱਠੇ ਗੁੱਠੇ ਹੋਰ ਲਾਏ ਆ, ਨਹੀਂ ਤਾਂ ਪਾਣੀ ਸਾਰੀ ਪਟੜੀ ਥੋੜੀ ਪਈ ਹੈ, ਸਾਰਾ 58 ਉੱਤੋਂ ਤਾਈ ਤੋੜਿਆ ਪਿਆ ਸਾਰਾ, ਅਸੀਂ ਹੁਣ ਰੋਕਦੇ ਸੀ ਇਹਨਾਂ ਨੂੰ ਨਜ਼ਾਰ ਕੇ ਬੰਦ ਕੀਤਾ, ਹੁਣ ਗੱਟੇ ਪਾਸੇ ਕਰਦੇ ਆ ਇੱਧਰ ਦਾ ਪਾਣੀ ਹੋਰ ਚੱਲਦਾ, ਇਹ ਜਿਉਦਾ ਵੇਖ ਨਾ ਲੈਣ, ਇਹ ਕਹਿੰਦੇ ਨਹੀਂ ਨਹੀਂ ਮੈਂ ਵੀਡੀਓ ਵੇਖ ਲਈ, ਵੀਡੀਓ ਵੇਖ ਨਹੀਂ ਉਹ ਚੜਦਾ ਟੁੱਟਿਆ ਜੀ, ਨਹੀਂ ਇਹ ਵੇਖੋ ਟੁੱਟਿਆ ਕਿ ਚੜਦਾ, ਉਹ ਤਾਂ ਜੀ ਇਸਕੋ ਟੁੱਟਿਆ ਆਇਆ ਹਾਂ ਗੱਟੇ ਲਾ ਕੇ ਗੱਲ ਹੈ ਇਹ ਗੱਲ ਹੈ ਇਹ ਬੰਦੇ ਸਹੀ ਹੋ ਤੁਸੀਂ ਜ਼ਿਮੀਦਾਰ ਦੇ ਹੱਕੇ ਕੋ ਅਸੀਂ ਤਾਂ ਗੱਲ ਨਹੀਂ ਚਾਹੁੰਦੇ ਸੀ ਅਸੀਂ ਤਾਂ ਤੁਹਾਡੇ ਨਾਲ ਗਲਤ ਕੋਈ ਨਹੀਂ ਹੈਗੇ, ਉਹ ਇੱਕ ਪਲੀ ਰਹੀ ਪਾਣੀ ਕਿੱਥੇ ਚੱਲਿਆ ਜੀ ਬੋਲੋ ਚਲੋ ਚੱਲਿਆ ਜੀ ਅੱਜ ਤੱਕ ਕਦੇ ਚੱਲਿਆ ਕਰਦੇ ਨੇ ਜਿਹਨੇ ਰਾਤੀ ਇਹ ਤਾਂ ਉੱਥੇ ਚੱਲੀ ਜਾਂਦੀ ਹੈ ਤਾਂ ਨੀ ਚੱਲਦੀ ਜਿਹੜੇ ਮਤਲਬ ਕਿ ਟ੍ਰੀਟ ਕਰ ਰਹੇ ਜਿਹੜੇ ਇਹਨਾਂ ਬੰਦੇ ਸਮਝ ਰਿਹਾ ਜੀ ਵੀ ਇਹ ਸਾਡੇ ਦੁਸ਼ਮਣ ਨੇ ਹੁਣ
ਫੋਨ ਤੇ ਵੀ ਗੱਲ ਕਰਤੀ ਤੁਹਾਨੂੰ ਉਦੋਂ ਵੀ ਮੈਂ ਕਹਿਤਾ ਵੀ ਜਿਹੜੇ ਬੰਦੇ ਦੀ ਵਾਰੀ ਹੈ ਬੇਈ ਸਾਹਿਬ ਨੇ ਸ਼ਾਮੀ 6 ਵਜੇ ਦਾ ਟਾਈਮ ਲਿਖਿਆ ਵੀ 6 ਵਜੇ ਨੂੰ ਫੋਨ ਕੀਤਾ ਸੀ 6 ਵਜੇ ਤੋਂ ਬਾਅਦ ਹੁਣ ਤੱਕ ਜਿਹਦੀ ਵਾਰੀ ਹੋਈ ਉਹਦੇ ਤੇ ਕਾਰਵਾਈ ਹੋਣੀ ਹੈ ਠੀਕ ਹੈ ਪਹਿਲੀ ਗੱਲ ਤਾਂ ਕਲੀਅਰ ਹੋ ਜੂਗੀ ਕੀ ਕਾਰਵਾਈ ਹੋਣੀ ਕਾਰਵਾਈ ਥਾਣੇ ਜਾਊਗਾ ਜੀ ਸਾਨੂੰ ਨਾ ਜਿਹੜੀ ਜਿਹੜਾ ਮੌਕਾ ਵੇਖਿਆ ਜੇਈ ਨੇ ਵੇਖਿਆ ਤੁਸੀਂ ਵੇਖਿਆ ਉਹ ਸਾਨੂੰ ਲਿਖ ਕੇ ਦੇ ਦਿਓ ਤੇ ਤੁਸੀਂ ਤੁਹਾਡੀ ਕਾਰਵਾਈ ਕਰਦੇ ਰਹੀ ਅਸੀਂ ਆਪ ਨੰਬਰ ਲਵਾਣਾ ਬੰਦਾ ਲੈਟਰ ਟਾਈਪ ਕਰੂਗਾ ਸਾਰਾ ਕੁਝ ਉੱਥੇ ਬੈਠਾ ਕਰੂਗਾ ਬੰਦ ਕਰਾ ਦਿਓ ਜੀ ਬੰਦ ਕਰਾ ਦਿਓ ਬੰਦ ਕਰਾ ਦਿਓ ਅੱਜ ਤੱਕ ਜੇ ਪਾਣੀ ਨਹੀਂ ਚੱਲਿਆ ਤਾਂ ਤੁਸੀਂ ਤਾਂ ਨਹੀਂ ਮੈਨੂੰ ਕਿਹਾ ਆਪ ਮਨਾ ਕਰਕੇ ਐਤਕੀ ਮੈਂ ਤੁਹਾਨੂੰ ਸਫਾਈ ਕਰਾਈ ਹੈ ਨਾ ਮੈਂ ਦੀ ਸਫਾਈ ਮਰੇਗਾ ਰੇਗਾ ਕਰਦੀ ਹੈ ਨਰਗਲੇ ਉਹ ਤਾਂ ਨਾਮ ਜੀ ਮੇਰਾ ਸੁਨੀਲ ਕੁਮਾਰ ਐਸਡੀਓ ਫਾਜ਼ਿਲਕਾ ਨਹਿਰੀ ਮਹਿਕਮੇ ਤੋਂ ਜੀ ਅੱਜ ਕੱਸੀ 'ਤੇ ਆਏ ਹੋ ਕੀ ਕਾਰਨ ਹੈ ਜੀ ਕਿਸਾਨ ਬੈਠੇ ਹੈ ਕੱਸੀ 'ਤੇ ਕੀ ਸੀਗਾ ਵੀ ਸਦਰਨ ਡਿਸਟ੍ਰੀਬਿਊਟਰ 'ਚੋਂ ਨਹਿਰ ਨਿਕਲਦੀ ਹੈ ਨਿਊ ਲੱਖੇ ਕੀ ਮਾਈਨਰ ਦੀ 6000 ਬੁਰਜੀ ਤੋਂ ਜਿਹੜਾ ਮੋਗਾ ਹੈਗਾ ਕੋਟਿੰਗ ਅਤੇ ਫਰੀ ਬੋਰਡ ਵਾਲੀ ਜਗ੍ਹਾ ਤੋਂ ਟੁੱਟਿਆ ਹੋਇਆ ਸੀਗਾ ਅਤੇ ਪਹਿਲਾਂ ਇਹਦੇ 'ਤੇ ਗੱਟੇ ਲੱਗੇ ਹੋਏ ਸੀਗੇ ਉਹ ਜ਼ਿਮੀਂਦਾਰ ਜੀ ਦੀ ਵਾਰੀ ਸੀ ਉਹਦੇ ਵੱਲੋਂ ਕੋਈ ਛੇੜਖਾਨੀ ਕੀਤੀ ਗਈ ਹੈ ਅਤੇ ਉਹਦੇ ਬੇਸ 'ਤੇ ਜ਼ਿਮੀਂਦਾਰਾਂ ਵੱਲੋਂ ਫੋਨ ਕਰਕੇ ਬੁਲਾਇਆ ਗਿਆ ਸੀ ਵੀ ਇੱਕ ਵਾਰੀ ਮੌਕੇ 'ਤੇ ਆ ਕੇ ਮੌਕਾ ਵੇਖੋ ਅਤੇ ਮੌਕਾ ਦੇਖਣ ਹੀ ਆਏ ਸੀ ਇਹ ਕਾਰਵਾਈ ਜੀ ਕੱਲ੍ਹ ਸ਼ਾਮ ਨੂੰ 6 ਵਜੇ ਜੇਈ ਸਾਹਿਬ ਦੀ ਰਿਪੋਰਟ ਮੁਤਾਬਕ ਉਹਨਾਂ ਨੇ 6 ਵਜੇ ਕੱਲ੍ਹ ਇਹਨੂੰ ਸੈੱਟ ਕਰਾਇਆ ਸੀਗਾ ਅਤੇ ਉਸ ਤੋਂ ਬਾਅਦ ਸੁਬਹਾ 8 ਵਜੇ ਇਹਦੀ ਇਨਫੋਰਮੇਸ਼ਨ ਆਈ ਵੀ ਇੱਥੇ ਕੱਟੇ ਨਹੀਂ ਹੈ ਕਾਨੂੰਨ ਮੁਤਾਬਕ ਜੋ ਪਾਣੀ ਚੋਰੀ ਕਰਨ ਦੀ ਹੈ ਇਸ ਤੋਂ ਇਲਾਵਾ ਸਰਕਾਰੀ ਸੰਪੱਤੀ ਦੇ ਨੁਕਸਾਨ ਦੀ ਹੈ ਜਿਹੜੇ ਬੰਦੇ ਨੇ ਇਸ ਪਾਣੀ ਚੋਰੀ ਕੀਤਾ ਹੈਗਾ ਮਹਿਕਮੇ ਦਾ ਨੁਕਸਾਨ ਕੀਤਾ ਸਰਕਾਰ ਦਾ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਰੂਲਾਂ ਮੁਤਾਬਕ ਹੋਵੇਗੀ